ਇਹ ਵੀਡੀਓਜ਼ ਮੋਗਾ ਦੀਆਂ ਨੇ। ਸਥਿਤੀ ਉਸ ਵਕਤ ਤਣਾਅਪੂਰਨ ਹੋ ਗਈ ਜਦੋਂ ਕਿਸ਼ਨਪੁਰਾ ਦੇ ਰਹਿਣ ਵਾਲੇ ਸੰਦੀਪ ਸਿੰਘ ਦੀ ਮੌਤ ਹੋ ਗਈ। ਦਰਅਸਲ 1 ਜਨਵਰੀ ਨੂੰ ਸੰਦੀਪ ਸਿੰਘ ਆਪਣੇ ਇੱਕ ਹੋਰ ਸਾਥੀ ਨਾਲ ਕਾਰ ਵਿੱਚ ਸਵਾਰ ਹੋ ਕੇ ਰਿਸ਼ਤੇਦਾਰੀ ਵਿੱਚੋਂ ਆਪਣੇ ਘਰ ਆ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਅਚਾਨਕ ਉਹਨਾਂ ਦੀ ਕਾਰ ਨੂੰ ਇੱਕ ਹੋਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਸੰਦੀਪ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਜਿਸ ਤੋਂ ਬਾਅਦ ਸੰਦੀਪ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਬਾਅਦ ਵਿੱਚ ਮੋਗਾ ਦੇ ਪ੍ਰੇਮ ਹਸਪਤਾਲ ਵਿੱਚ ਲਿਆਂਦਾ ਗਿਆ। ਪਰਿਵਾਰ ਨੇ ਆਰੋਪ ਲਗਾਏ ਨੇ ਕਿ ਹਸਪਤਾਲ ਦੀ ਅਣਗਹਿਲੀ ਕਾਰਨ ਉਹਨਾਂ ਦੇ ਮੁੰਡੇ ਦੀ ਮੌਤ ਹੋ ਗਈ ਹੈ। ਇਹ ਪੂਰਾ ਮਾਮਲਾ ਹੈ ਕਿ ਆਓ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੀ ਜ਼ੁਬਾਨੀ ਸੁਣ ਲੈਂਦੇ ਹਾਂ। ਪਿੰਡ ਹੈ ਜੀ ਅਤੇ ਸਾਡਾ ਬੱਚਾ ਇੱਥੇ ਪ੍ਰੇਮ ਦੇ ਇਹਨਾਂ ਦਾ ਏਜੰਟ ਇੱਕ ਸਰਕਾਰੀ ਹਸਪਤਾਲ 'ਚੋਂ ਜਾ ਕੇ ਲੈ ਕੇ ਆਇਆ ਐਂਬੂਲੈਂਸ 'ਤੇ, ਅਸੀਂ ਨਹੀਂ ਆਏ ਇੱਥੇ। ਇਹ ਐਂਬੂਲੈਂਸ ਲੈ ਕੇ ਗਏ ਸਰਕਾਰੀ ਹੋਸਪਿਟਲਾਂ ਦਾ, ਇੱਕ ਏਜੰਟ ਰੱਖੇ ਹੋਏ ਆ ਵਿੱਚ ਵੀ, ਜਿਹੜਾ ਕੋਈ ਮਰੀਜ਼ ਉੱਥੇ ਜਿਹਨੂੰ ਨਹੀਂ ਸਮਝ ਲੱਗਦੀ ਤੁਹਾਨੂੰ ਚੱਕ ਕੇ ਆਪਦੇ ਹਸਪਤਾਲ 'ਚ ਲਿਆਓ। ਇਹ ਆਪਦੀ ਐਂਬੂਲੈਂਸ 'ਤੇ ਸਰਕਾਰੀ ਹਸਪਤਾਲ ਤੋਂ ਸਾਡੇ ਬੱਚੇ ਨੂੰ ਲੈ ਕੇ ਆਏ ਆਪ ਜਾ ਕੇ, ਇੱਥੇ ਲਿਆ ਕੇ ਇਹਨੂੰ ਦਾਖਲ ਕਰ ਲਿਆ। ਆਉਂਦਿਆਂ ਸਾਰ ਸਾਨੂੰ ਕਹਿੰਦੇ ਅਸੀਂ ਬਿਲਕੁਲ ਇਹਨੂੰ ਠੀਕ ਕਰਾਂਗੇ, ਇਹਦਾ ਕੋਈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਇਹਨਾਂ ਨੇ ਦਾਖਲ ਕਰ ਲਿਆ ਇੱਥੇ। ਅਤੇ ਰਾਤ ਜਦੋਂ ਹੋ ਗਈ ਅਤੇ ਇਹਨਾਂ ਨੇ ਉਹਨੂੰ ਕੋਈ ਵੀ ਮੁੱਢਲੀ ਸਹੂਲਤ ਨਹੀਂ ਦਿੱਤੀ ਮੈਡੀਕਲ, ਜਿਹਦੇ 'ਚ ਬਾਥਰੂਮ ਵਗੈਰਾ 'ਚ ਹੁੰਦਾ ਮੇਨ, ਕੋਈ BP ਵਗੈਰਾ ਹੁੰਦਾ ਮੇਨ ਉਹਦਾ, ਫਿਰ ਉਹਦਾ ਬਲੱਡ ਦਾ ਚੈੱਕ ਕਰਨਾ ਹੁੰਦਾ ਵੀ ਕੀ ਆ, ਜਿਹੜੀਆਂ ਮੁੱਢਲੀਆਂ ਸਹੂਲਤਾਂ ਮੈਡੀਕਲ ਦੀਆਂ ਉਹ ਵੀ ਇਹਨਾਂ ਨੇ ਕੋਈ ਨਹੀਂ ਦਿੱਤੀ ਉਹਨਾਂ। ਅਤੇ ਜਦੋਂ ਸਵੇਰ ਨੂੰ ਅਸੀਂ ਦੇਖਿਆ ਤਾਂ ਉਹ ਬਾਥਰੂਮ ਕਰਕੇ ਪੂਰਾ ਉਹਦਾ ਬਿਸਤਰਾ ਭੇਜਿਆ ਹੋਇਆ ਸੀਗਾ, ਅਤੇ ਸਾਡੇ ਬੰਦਿਆਂ ਨੇ ਦੇਖਿਆ ਅਤੇ ਇਹਨੂੰ ਡਾਕਟਰ ਨੂੰ ਪੁੱਛਿਆ ਵੀ ਆਹ ਕੀ ਆ, ਵੀ ਆਹ ਦੱਸੋ ਤੁਸੀਂ ਤਾਂ ਕਹਿੰਦੇ ਵੀ ਅਸੀਂ ਕਰਾਂਗੇ, ਆਹ ਤੁਸੀਂ ਕੀ ਕੀਤਾ? ਡਾਕਟਰ ਤਾਂ ਸੱਦਿਆ, ਸਾਰਾ ਸਟਾਫ ਸੱਦਿਆ, ਅਤੇ ਇਹਨਾਂ ਨੇ ਉਹ ਸਾਡੇ ਕਹਿਣ 'ਤੇ ਬਾਥਰੂਮ ਵਾਲੀ ਪੈਪ ਲਾਈ। ਉਸ ਤੋਂ ਬਾਅਦ ਉਹਦਾ ਬਲੱਡ ਇਹਨਾਂ ਨੇ ਚੈੱਕ ਨਹੀਂ ਕੀਤਾ, ਉਹਦੇ ਜਿਹੜਾ ਬਲੱਡ ਸੀਗਾ ਘੱਟ ਕੇ 5 ਗ੍ਰਾਮ ਰਹਿ ਗਿਆ ਸਿਰਫ। ਜਦੋਂ ਜਾ ਕੇ ਅਸੀਂ DMC ਚੈੱਕ ਕਰਾਇਆ ਤਾਂ 5 ਗ੍ਰਾਮ ਬਲੱਡ ਰਹਿ ਗਿਆ ਉਹਦਾ। ਫਿਰ ਉਹਨਾਂ ਨੇ BP ਨਹੀਂ ਉਹਦਾ ਚੈੱਕ ਕੀਤਾ, ਪਲਸ ਨਹੀਂ ਚੈੱਕ ਕੀਤੀ, ਉਹਦਾ ਸ਼ੂਗਰ ਵਗੈਰਾ ਨਹੀਂ ਚੈੱਕ ਕੀਤਾ। ਕਿੰਨੀ ਉਮਰ ਕਿੰਨੀ ਸੀ ਬੱਚੇ? 19 ਸਾਲ ਦੀ ਉਮਰ ਸੀ ਜੀ। ਅੱਛਾ, ਇਹ ਡਾਕਟਰ ਦੀ ਅਣਗਹਿਲੀ ਕਾਰਨ? ਡਾਕਟਰ ਦੀ ਅਣਗਹਿਲੀ ਆ, ਔਰ ਡਾਕਟਰ ਦੇ ਏਜੰਟ ਰੱਖੇ ਆ ਵੀ ਪ੍ਰੇਮ ਜਿਹੜੇ ਮਰੀਜ਼ ਆ ਉਹਨਾਂ ਨੂੰ ਸਰਕਾਰੀ ਹਸਪਤਾਲਾਂ 'ਚੋਂ ਲੈ ਕੇ ਆਓ, ਆਪਦੀਆਂ ਐਂਬੂਲੈਂਸਾਂ ਭੇਜ ਕੇ ਲਿਆ ਕੇ ਇੱਥੇ ਲਿਆ ਕੇ ਮਾਰਦੇ ਆ। ਸਾਡੀ ਇੱਕੋ ਹੀ ਬੇਨਤੀ ਆ ਸਾਰੇ ਲੋਕਾਂ ਨੂੰ ਵੀ, ਮੀਡੀਆ ਨੂੰ ਵੀ, ਅਫਸਰ ਸਾਹਿਬਾਨਾਂ ਨੂੰ ਵੀ, ਮੰਤਰੀ ਸਾਹਿਬਾਨ ਨੂੰ ਵੀ ਇਹੋ ਜਿਹੇ ਹਸਪਤਾਲ ਨਹੀਂ ਚੱਲਣੇ ਚਾਹੀਦੇ, ਬੰਦ ਹੋਣੇ ਚਾਹੀਦੇ ਆ, ਇਹਨਾਂ ਦੇ ਲਾਇਸੈਂਸ ਕੈਂਸਲ ਹੋਣੇ ਚਾਹੀਦੇ ਆ, ਜਿਹੜੇ ਲੋਕਾਂ ਦੇ ਜਵਾਨ ਪੁੱਤਾਂ ਨੂੰ ਲਿਆ ਕੇ ਆਪਦੇ ਹਸਪਤਾਲ 'ਚ ਮਾਰਦੇ ਆ। ਇਹੀ ਸਾਡਾ ਮਕਸਦ ਆ ਅੱਜ ਦਾ, ਕਹਿਣ ਦਾ ਸਾਡਾ ਚੱਲਿਆ ਗਿਆ, ਕਿਸੇ ਹੋਰ ਦਾ ਨਾ ਜਾਵੇ। ਗੁਰਮੀਤ ਸਿੰਘ ਹੈ ਜੀ ਮੇਰਾ ਨਾਮ। ਕਿਸ ਤਰ੍ਹਾਂ ਹੋਈ ਹੈ, ਕੀ ਕਾਰਨ ਕੀ ਸੀ? ਇਹ 1 ਤਰੀਕ ਨੂੰ ਜੀ ਕੋਰਟ ਇਸਗਾਂ ਤੋਂ, ਮਤਲਬ ਜੀਰਾ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਸੀਗਾ ਪਿੰਡ ਬਨਾਵਿਆਂ ਕੋਲ, ਅਤੇ ਉੱਥੋਂ ਐਂਬੂਲੈਂਸ ਨੇ ਚੱਕ ਕੇ ਇਹਨਾਂ ਨੂੰ ਲੈ ਜਾਂਦਾ ਆਪਣੇ ਸਰਕਾਰੀ ਹਸਪਿਟਲ ਲੈ ਜਾਂਦਾ। ਉੱਥੇ ਲਿਆਉਣ ਤੋਂ ਬਾਅਦ ਫਿਰ ਅਸੀਂ ਕਿਹਾ ਵੀ ਪ੍ਰਾਈਵੇਟ ਕਿਤੇ ਦਾਖਲ ਕਰਾ ਲਈਏ, ਵੀ ਲੱਤ ਟੁੱਟੀ ਹੈ ਅਤੇ ਬਾਂਹ ਟੁੱਟੀ ਹੈ। ਉਹਦੋਂ ਬਾਅਦ ਸਾਨੂੰ ਇਹਨਾਂ ਦਾ ਕੋਈ ਮੁੰਡਾ ਸੀ ਇੱਥੋਂ ਸਾਡੇ ਕੋਲ ਚਲਾ ਗਿਆ ਅਤੇ ਕਹਿੰਦਾ ਵੀ ਤੁਸੀਂ ਪ੍ਰੇਮ ਦੇ ਲੈ ਚਲੋ, ਅਸੀਂ ਕਿਹਾ ਲੈ ਚੱਲਦੇ ਹਾਂ। ਅਸੀਂ ਇੱਥੇ ਲਿਆ ਕੇ ਦਾਖਲ ਕਰਾਤਾ, ਜੋ ਡਾਕਟਰ ਸਾਹਿਬ ਨੇ ਜੋ ਬੋਤਲ ਲੈ ਕੇ ਇਹਨਾਂ ਦੇ ਲਾਤੀ, ਲਾ ਕੇ ਅਤੇ ਬੋਤਲ ਮਤਲਬ ਉਹ ਇਹਨਾਂ ਨੇ ਪਾ ਲਿਆ ਮੁੰਡਾ। ਅਤੇ ਅਸੀਂ ਸ਼ਾਮ ਨੂੰ ਪੁੱਛਿਆ, ਮੈਂ ਕਿਹਾ ਜੀ ਮੈਂ ਮਤਲਬ ਜੇ ਠੀਕ ਹੈ ਤਾਂ ਘਰ ਜਾਵੜਾ, ਮਤਲਬ ਕਹਿੰਦੇ ਬਿਲਕੁਲ ਬੇਫਿਕਰ ਹੈ ਹੋ ਕੇ ਜਾਵੜਾ ਤੂੰ, ਕੋਈ ਗੱਲ ਨਹੀਂ। ਇਹਦੇ ਯਾਰ ਦੋਸਤ ਮੁੰਡੇ ਆ ਗਏ 8-9, ਅਤੇ ਮੈਂ ਕਿਹਾ ਵੀ ਜਗ੍ਹਾ 19, ਕਿਹਾ ਵੀ ਤੁਸੀਂ ਉੱਥੇ ਰਹਿ ਪਓ, ਮੈਂ ਸੁਬਾਹ ਆ ਜੂੰਗਾ। ਜਦੋਂ ਮੈਂ ਸੁਬਾਹ ਨੂੰ ਆਇਆ ਤਾਂ ਮੈਂ ਪੁੱਛਿਆ ਵੀ ਮਤਲਬ ਵੀ ਠੀਕ ਹੈ ਮੁੰਡਾ? ਉਹ ਕਹਿੰਦੇ ਵੀ ਠੀਕ ਹੈ। ਮੈਂ ਕਿਹਾ ਵੀ ਤੁਸੀਂ ਇਹਨੂੰ ਬਾਥਰੂਮ ਕਰਾਇਆ? ਕਹਿੰਦੇ ਨਹੀਂ ਅੰਕਲ ਕਰਾਇਆ ਨਹੀਂ। ਮੈਂ ਕਿਹਾ ਵੀ ਲਿਆਓ ਡੱਬਾ, ਆਪਾਂ ਬਾਥਰੂਮ ਕਰਾਈਏ। ਜਦੋਂ ਬਾਥਰੂਮ ਮੈਂ ਇਹਨੂੰ ਕਰਾਉਣ ਦੀ ਗੱਲ ਕੀਤੀ ਤਾਂ ਅਸੀਂ ਰਜਾਈ ਚੱਕੀ ਅਤੇ ਮੁੰਡਾ ਸਾਰਾ ਬਾਥਰੂਮ ਨਾਲ ਭੇਜਿਆ ਹੋਇਆ ਸੀ। ਮੈਂ ਕਿਹਾ ਵੀ ਮੈਂ ਫਿਰ ਇਹਦੇ ਸਟਾਫ ਨੂੰ ਚੰਗਾ ਮਾੜਾ ਵੀ ਮਾੜਾ ਮੋਟਾ ਕਿਹਾ, ਮੈਂ ਕਿਹਾ ਵੀ ਇਹ ਕੀ ਨਗੇਲੀ ਆ? ਕਹਿੰਦੇ ਜੀ ਹੁਣੇ ਅਸੀਂ ਚੈੱਕ ਕਰਦੇ ਹਾਂ। ਮੈਂ ਆਪ ਖੁਦ ਮੁੰਡੇ ਦੇ ਕੱਪੜੇ ਸਾਰੇ ਕੈਂਚੀ ਨਾਲ ਕੱਟ ਕੇ ਪਾਟ ਕੇ ਲਾਏ, ਅਤੇ ਇਹਨਾਂ ਨੇ ਸਾਫ਼ ਸੂਫ ਕਰਕੇ ਚਾਦਰਾਂ ਦਿੱਤੀਆਂ ਹੀ ਪਾ ਕੇ ਅਤੇ ਪੈਪ ਲਾਤਾ।
ਪੈਪ ਲਾ ਕੇ ਅਤੇ ਮੈਨੂੰ ਥੋੜ੍ਹੇ ਜਿਹੇ ਮਾੜੇ ਕਰਮ ਸਾਡੇ ਸੀਗੇ ਵੀ ਜੇ ਤਾਂ ਅਸੀਂ ਉਦੋਂ ਹੀ ਸਮਝ ਜਾਂਦੇ ਤਾਂ ਇਹਤੋਂ ਲੈ ਜਾਂਦੇ ਵੀ ਇਹਦੇ ਕੋਲ ਸਿਸਟਮ ਹੈ ਨਹੀਂ। ਅਸੀਂ ਮਤਲਬ ਫਿਰ ਉਹ ਚੀਜ਼ ਵੇਖ ਕੇ ਅਤੇ ਇਹਨੂੰ ਉੱਥੇ ਹੀ ਰੱਖ ਲਿਆ। ਕਿੰਨੇ ਦਿਨ ਰਿਹਾ ਜੀ ਉੱਥੇ? ਉਹ ਦੂਸਰਾ ਦਿਨ ਪੂਰਾ ਰਹਿ ਗਿਆ। ਉਹ ਉਸ ਦਿਨ ਸ਼ਾਮ ਨੂੰ ਫਿਰ ਮਤਲਬ ਮੁੰਡੇ, ਮੈਂ ਇੱਥੇ ਹੀ ਸੀਗਾ 9-10 ਵਜੇ ਤੱਕ, ਉਹ ਮੁੰਡੇ ਕਹਿੰਦੇ ਨਹੀਂ ਅੰਕਲ ਤੂੰ ਜਾ, ਤੂੰ ਬੜਾ ਮਹਿਸੂਸ ਕਰਦਾ ਵਾਂ ਅਤੇ ਕੋਈ ਨਹੀਂ। ਮੈਂ ਕਿਹਾ ਪੁੱਤ ਮੁੰਡਾ ਆਪਣਾ ਔਖਾ ਜਿਹਾ ਰੌਲਾ ਜਿਹਾ ਪਾਉਂਦਾ ਅਤੇ ਮੈਨੂੰ ਚੰਗਾ ਨਹੀਂ ਲੱਗਦਾ। ਕਹਿੰਦਾ ਨਹੀਂ ਤੂੰ ਜਾ, ਬੜਾ ਮੁੰਡਾ ਠੀਕ ਹੈ। ਇਹਨੂੰ ਆਵਾਜ਼ ਮਾਰ ਕੇ ਮੈਂ ਪੁੱਛ ਕੇ ਕੋਲੇ ਖੜਿਆ ਕੇ ਗਿਆ। ਇਹ ਕਹਿੰਦਾ ਜੀ ਤੂੰ ਜਾ, ਵੀ ਮੈਂ ਸਵੇਰ ਇਹਨੇ ਰਾਤ ਨੂੰ ਆਕਸੀਜਨ ਲਾਤੀ, ਤੜਕੇ ਆਉਣ ਸਾਰ ਫਿਰ ਮੈਂ ਇਹਦੀ ਸੁਣੀ ਨਹੀਂ। ਮੈਂ ਸਮਾਨ ਇਕੱਠਾ ਕਰਨ ਲੱਗ ਪਿਆ, ਮੈਂ ਕਿਹਾ ਮੈਂ ਛੁੱਟੀ ਲੈਣੀ ਹੈ। ਇਹਨੇ ਛੁੱਟੀ ਦੇ ਤੀ, ਮੈਂ DMC ਚਲਾ ਗਿਆ। DMC ਜਦੋਂ ਮੈਂ ਗਿਆ ਉੱਥੇ ਤਾਂ ਉੱਥੇ ਜਾ ਕੇ ਮਤਲਬ ਮੁੰਡੇ ਦਾ ਬਲੱਡ ਚੈੱਕ ਕਰਾਇਆ, 4 ਗ੍ਰਾਮ ਵਾਈਟ ਸੈੱਲ ਵੀ ਖਤਮ, ਦੂਸਰੇ ਸੈੱਲ ਵੀ ਖਤਮ। ਜਿਹੜਾ ਪੱਟ ਟੁੱਟਿਆ ਸੀ ਉਹਦੀ ਇਨਫੈਕਸ਼ਨ ਇੰਨੀ ਕੁ ਹੋ ਗਈ, ਉਹਨੇ ਗੁਰਦੇ ਨੂੰ ਫੜ ਲਿਆ। ਡਾਕਟਰ ਨੇ ਦੱਸਿਆ ਸੀ ਕੁਛ? ਡਾਕਟਰ ਨੇ ਕੋਈ ਰਿਪੋਰਟ ਨਹੀਂ ਕੀਤੀ, ਨਾ ਬਲੱਡ ਦੀ ਕੀਤੀ, ਨਾ ਕੋਈ ਸਿੱਲਾਂ ਦੀ ਕੀਤੀ, ਨਾ ਕਿਸੇ ਚੀਜ਼ ਦੀ ਕੋਈ ਰਿਪੋਰਟ। ਇੱਥੇ ਵੇਖੋ ਜੀ ਮਤਲਬ ਇੱਕ ਦਿਨ ਪੂਰਾ ਰਹਿ ਗਿਆ, ਮਤਲਬ 2 ਰਾਤਾਂ ਰਹਿ ਗਿਆ, ਇੱਕ ਦਿਨ ਪੂਰਾ ਰਿਹਾ, ਯਾਨੀ ਕਿ ਅਗਲੇ ਦਿਨ ਸੁਬਾਹ ਚੱਕ ਲਿਆ ਅਤੇ ਉਦੋਂ ਸ਼ਾਮ ਨੂੰ ਆਇਆ। ਡਾਕਟਰ ਦੀ ਅਣਗਹਿਲੀ ਹੈ, ਫਿਲ 101% ਅਣਗਹਿਲੀ ਹੈ ਜੀ। ਇੱਕ ਸਰ ਪੈਸੇ ਲੈਣ ਦਾ ਇਹਨਾਂ ਨੇ ਰੱਖ ਲਿਆ, ਜਾਂ ਕਮਰੇ ਦਾ ਕਿਰਾਇਆ ਲੈਣ ਦਾ ਇਹਨੂੰ ਕੋਈ ਨੌਲੇਜ ਨਹੀਂ, ਕੋਈ ਇਸ ਬੰਦੇ ਨੂੰ ਪਤਾ ਨਹੀਂ ਗਾ ਵੀ ਮਤਲਬ ਜਿਹੜਾ ਬਗੈਰ ਲੱਤ ਬਾਂਹ ਟੁੱਟੀ ਤੋਂ ਵੀ ਅੱਗੇ ਮਤਲਬ ਕੀ ਬੰਦੇ 'ਚ ਫਾਲਟ ਹੁੰਦੇ ਆ, ਕੋਈ ਪਤਾ ਨਹੀਂ ਇਸ ਬੰਦੇ ਨੂੰ। ਮੰਗ ਇਹੀ ਹੈ ਵੀ ਇਹਦਾ ਹੋਸਪਿਟਲ ਬੰਦ ਹੋਣਾ ਚਾਹੀਦਾ, ਇਸ ਬੰਦੇ 'ਤੇ ਪਰਚਾ ਹੋਣਾ ਚਾਹੀਦਾ, ਅੰਦਰ ਜਾਣਾ ਚਾਹੀਦਾ, ਲੋਕਾਂ ਦੇ ਬੱਚੇ ਆ ਜਿਹੜੇ ਮਤਲਬ ਇਸ ਤਰ੍ਹਾਂ ਨਾ ਹੋਣ। ਉੱਥੇ ਹੀ ਜਦੋਂ ਹਸਪਤਾਲ ਦੇ ਡਾਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ 'ਤੇ ਲਗਾਏ ਗਏ ਆਰੋਪਾਂ ਨੂੰ ਬੇਬੁਨਿਆਦ ਦੱਸਿਆ। ਉਹਨਾਂ ਦਾ ਐਲੀਗੇਸ਼ਨ ਹੈ ਵੀ ਤੁਹਾਡੇ ਵੱਲੋਂ ਲਾਪਰਵਾਹੀ ਦੇ ਚੱਲਦੇ ਜਿਹੜਾ ਮਰੀਜ਼ ਦੀ ਮੌਤ ਹੋਈ ਹੈ। ਨਹੀਂ ਜੀ, ਸਾਡੇ ਵੱਲੋਂ ਕੋਈ ਲਾਪਰਵਾਹੀ ਨਹੀਂ ਹੋਈ। ਉਸਨੂੰ ਟਾਈਪ 1 ਡਾਇਬਟੀਜ਼ ਸੀ, ਮਲਟੀਪਲ ਫ੍ਰੈਕਚਰ ਸੀ ਉਸਦੇ, ਉਸਦਾ ਪੱਟ ਵੀ ਟੁੱਟਿਆ ਸੀ, ਬਾਂਹ ਵੀ ਟੁੱਟੀ ਸੀ, ਮੈਂਡੀਬਲ ਵੀ ਫ੍ਰੈਕਚਰ ਸੀ। ਸਭ ਨਾਲੋਂ ਵੱਡੀ ਉਹਦੀ ਪ੍ਰੋਬਲਮ ਸੀ ਅਨਕੰਟਰੋਲਡ ਡਾਇਬਟੀਜ਼, ਉਹਨੂੰ ਜੁਵਨਲ ਡਾਇਬਟੀਜ਼ ਟਾਈਪ 1। ਉਹ ਪਹਿਲੇ ਇੰਸੂਲਿਨ ਲੈਂਦਾ ਹੁੰਦਾ ਸੀ, ਬਾਅਦ 'ਚੋਂ ਉਹਨੇ 2-3 ਮਹੀਨਿਆਂ ਤੋਂ ਇੰਸੂਲਿਨ ਲੈਣੀ ਬੰਦ ਕਰਤੀ ਅਤੇ ਦੇਸੀ ਦਵਾਈ ਲੈ ਰਿਹਾ ਸੀ। ਉਸ ਦੇ ਨਾਲ ਉਹਦੀ ਸ਼ੂਗਰ ਅਨਕੰਟਰੋਲਡ ਸੀ, ਕਦੇ ਬਿਲਕੁਲ ਘੱਟ ਜਾਂਦੀ, ਕਦੇ ਬਹੁਤ ਜ਼ਿਆਦਾ ਵੱਧ ਜਾਂਦੀ। ਅਤੇ ਅਸੀਂ ਉਹਨੂੰ ਕੋਈ ਓਪਰੇਟ ਨਹੀਂ ਕੀਤਾ, ਹਾਲੇ ਜਿੰਨਾ ਚਿਰ ਫਿੱਟ ਨਹੀਂ ਸੀ ਹੁੰਦਾ ਉਨੀ ਚਿਰ ਅਸੀਂ ਓਪਰੇਟ ਵੀ ਨਹੀਂ ਸੀ ਕਰ ਸਕਦੇ। ਇਸ ਕਰਕੇ ਉਸਦੀ ਕੰਡੀਸ਼ਨ ਠੀਕ ਨਹੀਂ ਸੀ ਹਾਲੇ, ਅਤੇ ਅਸੀਂ ਆਪ ਫਿਰ ਰੈਫਰ ਕੀਤਾ। ਉਹਨਾਂ ਪਰਿਵਾਰ ਵਾਲਿਆਂ ਦਾ ਕਹਿਣਾ ਕਿ ਆਪ ਹੀ ਲੈ ਕੇ ਗਏ ਆ ਤੁਸੀਂ ਉਹਨਾਂ ਦੀ? ਨਹੀਂ, ਮੈਂ ਰੈਫਰ ਕੀਤਾ। ਸਰ ਪਰਿਵਾਰ ਦਾ ਕਹਿ ਰਿਹਾ ਵੀ ਡਾਕਟਰ ਸਾਹਿਬ ਰਾਤ ਨੂੰ ਕਹਿ ਰਹੇ ਸੀ ਵੀ 100% ਗਰੰਟੀ ਆ, ਸੁਬਹ ਇਹਨੂੰ ਹੋਸ਼ ਆਏਗਾ, ਆਪਾਂ ਓਪਰੇਟ ਕਰਦੇ। ਡਾਕਟਰ ਕਦੇ ਗਰੰਟੀ ਨਹੀਂ ਦਿੰਦਾ, ਪਰ ਜੋ ਪਰਿਵਾਰ ਕਹਿ ਰਿਹਾ। ਪਰਿਵਾਰ ਤਾਂ ਜੋ ਮਰਜ਼ੀ ਕਹੀ ਚੱਲੇ, ਅਸੀਂ ਗਰੰਟੀ ਕਿਵੇਂ ਦੇ ਸਕਦੇ ਕਿਸੇ ਵੀ ਮਰੀਜ਼ ਦੀ? ਬਿਮਾਰ ਬੰਦੇ ਦੀ ਕਾਹਦੀ ਗਰੰਟੀ ਹੁੰਦੀ ਹੈ? ਡਾਕਟਰ ਸਾਹਿਬ ਉਹਨਾਂ ਦੋਸ਼ ਲਾਏ ਨੇ ਇਲਾਜ ਸਹੀ ਨਹੀਂ ਕੀਤਾ, ਇਲਾਜ ਸਹੀ ਨਾ ਹੋਣ ਕਾਰਨ ਇਹ ਸਾਰਾ ਕੁਝ ਹੋਇਆ ਜੀ। ਨਹੀਂ, ਇਲਾਜ ਦੱਸਿਆ ਗਿਆ ਸਹੀ ਤਰ੍ਹਾਂ ਜੋ ਮਿਲਦਾ ਗਿਆ ਜੀ, ਇਲਾਜ ਉਹਦਾ ਬਿਲਕੁਲ ਠੀਕ ਹੋਇਆ ਜੀ। ਮੈਡੀਕਲ ਸਪੈਸ਼ਲਿਸਟ ਵੀ ਆਏ ਹੈ, ਉਹਨਾਂ ਨੂੰ ਦੇਖ ਕੇ ਗਏ ਆ, ਉਹਦੇ ਹਿਸਾਬ ਨਾਲ ਉਹਨਾਂ ਨੇ ਟ੍ਰੀਟਮੈਂਟ ਵੀ ਸ਼ੁਰੂ ਕਰਾਇਆ ਮੈਡੀਕਲ ਸਪੈਸ਼ਲਿਸਟ ਨੇ। ਸਰ ਪਰਿਵਾਰ ਦਾ ਕਹਿਣਾ 11 ਘੰਟੇ ਬਾਅਦ ਸਾਡੇ ਮਰੀਜ਼ ਦਾ ਜਿਹੜਾ ਖੂਨ ਉੱਥੇ 4 ਗ੍ਰਾਮ ਹੀ ਰਹਿ ਗਿਆ ਅਤੇ ਇੱਥੇ ਇਹਨਾਂ ਨੇ ਸਾਡੇ ਕੋਲ ਜਦੋਂ ਸੀ ਜੀ ਉਦੋਂ 11 ਗ੍ਰਾਮ ਖੂਨ ਸੀ ਉਹਦੇ ਵਿੱਚ ਆਇਆ, ਜੋ ਟੈਸਟ ਕੀਤਾ ਸੀ ਓਪਰੇਸ਼ਨ ਵਾਸਤੇ। ਸ਼ੂਗਰ ਵਗੈਰਾ ਦੇ ਸਾਰੇ ਟੈਸਟ ਕੀਤੇ ਗਏ ਜੀ ਤੁਹਾਡੇ? ਬਿਲਕੁਲ ਕੀਤੇ ਜੀ। ਪਰਿਵਾਰ ਦਾ ਵੀ ਦੋਸ਼ ਹੈ ਜੀ, ਬਾਥਰੂਮ ਉਹਦਾ ਵਿੱਚ ਨਿਕਲਿਆ, ਪਾਈਪ ਨਹੀਂ ਲਗਾਇਆ ਹੈਗਾ ਉਹਦੇ? ਨਹੀਂ, ਬਾਥਰੂਮ ਜਦੋਂ ਆਉਂਦਾ ਉਸ ਟਾਈਮ ਕੁਛ ਵੀ ਹੋ ਸਕਦਾ, ਉਸ ਤੋਂ ਬਾਅਦ ਅਸੀਂ ਲਾਏ ਹੀ ਆ। ਜੋ ਸਾਡੇ ਕੋਲ ਆਊਗਾ ਮਰੀਜ਼ ਉਸ ਤੋਂ ਬਾਅਦ ਹੀ ਟ੍ਰੀਟਮੈਂਟ ਸ਼ੁਰੂ ਹੋਣੀ ਹੈ, ਪਹਿਲਾਂ ਸਿਵਲ ਹਸਪਤਾਲ ਸੀਗਾ। ਰੈਫਰ ਤੁਸੀਂ ਕੀਤਾ ਜੀ? ਹਾਂ ਸੀ, ਰੈਫਰ ਕੀਤਾ ਜੀ। ਸਰ ਇਹ ਵੀ ਦੱਸਿਆ ਗਿਆ ਵੀ ਸਿਵਲ ਹੋਸਪਿਟਲ ਤੁਹਾਡਾ ਏਜੰਟ ਉਹਨੂੰ ਇੱਥੇ ਲੈ ਗਿਆ? ਸਾਡਾ ਕੋਈ ਏਜੰਟ ਨਹੀਂ ਸਿਵਲ, ਅਸੀਂ ਏਜੰਟ ਥੋੜ੍ਹਾ ਰੱਖਦੇ ਹਾਂ ਕੋਈ। ਸਾਡੇ ਏਜੰਟ ਏਜੰਟ ਹੀ ਲੈ ਕੇ ਆਇਆ ਜੀ, ਉੱਥੇ ਇਹਨਾਂ ਦਾ ਬੰਦਾ ਸੀਗਾ, ਉਹਨੇ ਸਾਨੂੰ ਕਿਹਾ ਤੇ ਫਿਰ ਹੀ ਅਸੀਂ ਇੱਥੇ ਲੈ ਗਏ। ਸਾਡਾ ਕੋਈ ਏਜੰਟ ਨਹੀਂ ਜੀ, ਅਸੀਂ ਕਿਤੇ ਏਜੰਟ ਨਹੀਂ ਸੀ। ਰੰਗਲਾ TV ਲਈ ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ।